हाँ जी दोस्तों, की हाल चाल है जी। सब तो पहला स्वागत है तुहाडा साडे YouTube चैनल बिग स्टार बायो दे विच। दोस्तों अज दी इस वीडियो दे विच अज आपां गल करन जा रहे हैं जस्सा ढिल्लों जी दी, जिन्हां ने बहुत ही छोटी उमरे अपना नाम पंजाबी इंडस्ट्री दे विच चमकाया। दोस्तों सारे दर्शक इन्हां दे गीतां नूं बहुत ही ज़्यादा पसंद करते हैं, सो अज दी इस वीडियो दे विच जाणांगे जस्सा ढिल्लों जी दे बारे। आ दोस्तों जेकर तुसीं भी इन्हां दे फैन हो तां हुणे चलदी चलदी वीडियो नूं लाइक कर दो, ते जेकर तुसीं साडे चैनल ते नवे हो तां दोस्तों अपने चैनल नूं भी जरूर सबसक्राइब कर लो जी, क्योंकि आपां इस चैनल ते नवीआं इंटरस्टिंग वीडियो अपलोड करदे रहिंदे हां। चलो दोस्तों हुण आपां शुरू करदे हां अज दी इह वीडियो। दोस्तों सब तो पहलां जस्सा ढिल्लों जी दा जन्म मिति 7 नवंबर 1999 नूं असंध करनाल जिला हरियाणा विखे होया। 2021 के हिसाब के नाल इन्हां दी उम्र हुण तक 21 साल की हो चुकी आ। जस्सा ढिल्लों जी एक जारसिक परिवार तों बिलोंग करदे हन। दोस्तों जस्सा ढिल्लों जी प्रोफेशन के तौर पर एक बहुत ही वधिया गायक गीतकार एक बहुत ही वधिया संगीत कंपोजर हन। हुण आपां जस्सा ढिल्लों जी की फैमिली की गल करन जा रहे हां। दोस्तों परिवार के विच इन्हां दे पिता रणबीर सिंह ढिल्लों और माता हरजिंदर कौर रहिंदे हन। दोस्तों जेकर आपां जस्सा बाई जी दे ब्याह की गल करिए ਤਾਂ ਜਾਣਕਾਰੀ ਦੇ ਮੁਤਾਬਕ ਜੱਸਾ ਬਾਈ ਜੀ ਹਾਲੇ ਤੱਕ ਅਨਮੈਰਿਡ ਹਨ, ਇਹਨਾਂ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ। ਦੋਸਤੋ ਹੁਣ ਆਪਾਂ ਜੱਸਾ ਬਾਈ ਜੀ ਦੀ ਪੜ੍ਹਾਈ ਦੀ ਗੱਲ ਕਰਨ ਜਾ ਰਹੇ ਹਾਂ। ਇਹਨਾਂ ਨੇ ਆਪਣੇ ਸਕੂਲ ਦੀ ਪੜ੍ਹਾਈ JPS ਅਕੈਡਮੀ ਆਸਾਮ ਤੋਂ ਪੂਰੀ ਕੀਤੀ ਆ। ਦੋਸਤੋ ਇਹ ਆਪਣੀ ਕਾਲਜੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਚਲੇ ਗਏ ਆ, ਤੇ ਇਹਨਾਂ ਨੇ ਕੈਨੇਡਾ ਜਾ ਕੇ ਗ੍ਰੈਜੂਏਸ਼ਨ ਦੀ ਡਿਗਰੀ ਕੰਪਲੀਟ ਕੀਤੀ ਆ। ਦੋਸਤੋ ਜੱਸਾ ਬਾਈ ਜੀ ਜਦੋਂ ਆਪਣੇ ਸਕੂਲ ਦੀ 6ਵੀਂ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਆ, ਤਾਂ ਦੋਸਤੋ ਉਸ ਸਮੇਂ ਇਹਨਾਂ ਨੂੰ ਗਾਉਣ ਦਾ ਸ਼ੌਂਕ ਪੈ ਗਿਆ ਸੀ ਆ। ਦੋਸਤੋ ਫਿਰ ਹੌਲੀ ਹੌਲੀ ਜੱਸਾ ਬਾਈ ਜੀ ਮਿਊਜ਼ਿਕ ਦੀਆਂ ਤਰੁੱਟੀਆਂ ਨੂੰ ਸਿੱਖਣ ਲੱਗ ਗਏ ਆ, ਤੇ ਇਹਨਾਂ ਨੇ ਫਿਰ ਮਿਊਜ਼ਿਕ ਵਿੱਚ ਬਹੁਤ ਹੀ ਜ਼ਿਆਦਾ ਕੜੀ ਮਿਹਨਤ ਕੀਤੀ ਆ, ਤੇ ਫਿਰ ਜੱਸਾ ਬਾਈ ਜੀ ਦੀ ਮੁਲਾਕਾਤ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੁਰੂ ਸਿੱਧੂ ਦੇ ਨਾਲ ਹੋਈ ਆ। ਤੇ ਫਿਰ ਦੋਸਤੋ ਜੱਸਾ ਢਿੱਲੋਂ ਨੇ ਗੁਰੂ ਸਿੱਧੂ ਨਾਲ ਆਪਣਾ ਪਹਿਲਾ ਗੀਤ ਕਰਨ ਦੇ ਬਾਰੇ ਸੋਚਿਆ। ਦੋਸਤੋ ਇਹਨਾਂ ਨੇ ਸੰਨ 2020 ਦੇ ਵਿੱਚ ਪਿਆਰ ਬੋਲਦਾ ਗੀਤ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਸ਼ੁਰੂਆਤ ਕੀਤੀ ਸੀ ਆ। ਦੋਸਤੋ ਇਸ ਗੀਤ ਦੇ ਵਿੱਚ ਮਿਊਜ਼ਿਕ ਗੁਰੂ ਸਿੱਧੂ ਨੇ ਦਿੱਤਾ ਸੀ ਆ, ਸਾਰੇ ਦਰਸ਼ਕਾਂ ਦੇ ਦਿਲਾਂ ਤੇ ਇਹ ਗਾਣਾ ਰਾਜ ਕਰ ਗਿਆ। ਦੋਸਤੋ ਇਹ ਗਾਣਾ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਹਿੱਟ ਵੀ ਹੋ ਗਿਆ। ਦੋਸਤੋ ਇਸ ਗਾਣੇ ਨੂੰ ਹੁਣ ਮਿਲੀਅਨ ਦੇ ਹਿਸਾਬ ਦੇ ਨਾਲ ਯੂਟਿਊਬ ਤੇ ਵਿਊ ਮਿਲ ਚੁੱਕੇ ਹਨ। ਦੋਸਤੋ ਇਹ ਗੀਤ ਹਿੱਟ ਹੋਣ ਤੋਂ ਬਾਅਦ ਜੱਸਾ ਜੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਤੱਕਿਆ, ਤੇ ਫਿਰ ਇਹਨਾਂ ਨੇ ਇੱਕ ਤੋਂ ਇੱਕ ਸੁਪਰਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਆ। ਦੋਸਤੋ ਜੇ ਗੱਲ ਕਰੀਏ ਇਹਨਾਂ ਦੇ ਸੁਪਰਹਿੱਟ ਗੀਤਾਂ ਦੀ, ਤਾਂ ਇਹਨਾਂ ਨੇ ਫਰਾਰ, ਝਾਂਜਰ, ਮਣਕੇ, ਪਿਆਰੇ ਨੀ, ਜੱਟ ਜੱਫੇ, ਪਿਆਰ ਹੋ ਗਿਆ ਰੋਲੇ, ਦੋਸਤੋ ਅਜਿਹੇ ਸੁਪਰਹਿੱਟ ਗੀਤ ਜੱਸਾ ਢਿੱਲੋਂ ਜੀ ਦੇ ਦੁਆਰਾ ਗਾਏ ਗਏ ਆ। ਸਾਰੇ ਦਰਸ਼ਕਾਂ ਨੇ ਜੱਸਾ ਢਿੱਲੋਂ ਦੇ ਗੀਤਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਤੁਹਾਡਾ ਇਹਨਾਂ ਗੀਤਾਂ ਦੇ ਵਿੱਚੋਂ ਕਿਹੜਾ ਗੀਤ ਫੇਵਰੇਟ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਦੋਸਤੋ ਜੱਸਾ ਢਿੱਲੋਂ ਨੇ ਬਹੁਤ ਹੀ ਛੋਟੀ ਉਮਰੇ ਇੰਨੀ ਤਰੱਕੀ ਹਾਸਲ ਕੀਤੀ ਆ, ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਫਿਰ ਜੱਸਾ ਢਿੱਲੋਂ ਜੀ ਹੋਰ ਵੀ ਜ਼ਿਆਦਾ ਤਰੱਕੀਆਂ ਕਰਨ ਅਤੇ ਇੱਕ ਤੋਂ ਇੱਕ ਸੁਪਰਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇਣ। ਸੋ ਦੋਸਤੋ ਇਹ ਜੱਸਾ ਢਿੱਲੋਂ ਜੀ ਦੇ ਜੀਵਨ 'ਤੇ ਇੱਕ ਨਿੱਕੀ ਜਿਹੀ ਝਾਤ ਸੀ ਆ। ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਆ। ਜੇ ਇਹ ਵੀਡੀਓ ਪਸੰਦ ਆਈ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ। ਆਪਾਂ ਜਲਦ ਹੀ ਤੁਹਾਡੇ ਲਈ ਕੋਈ ਅਗਲੇ ਨਵੇਂ ਸਟਾਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਵਾਂਗੇ।